ਕਾਨੂੰਨ ਅਤੇ ਅਦਾਲਤਾਂ ਆਮ ਲੋਕਾਂ ਨੂੰ ਹਿਫਾਜ਼ਤ ਅਤੇ ਨਿਆਂ ਦੇਣ ਲਈ ਬਣਾਈਆਂ ਗਈਆਂ ਸਨ, ਪਰ ਪੰਜਾਬ 'ਚ ਵਿਗੜੀ ਅਮਨ ਕਾਨੂੰਨ ਵਿਵਸਥਾ ਨੇ ਜਿੱਥੇ ਪੰਜਾਬ ਦੀਆਂ ਜੇਲ੍ਹਾਂ 'ਤੇ ਸਵਾਲੀਆ ਚਿੰਨ੍ਹ ਲਾਏ, ਉੱਥੇ ਹੀ ਨਿਆਂ ਪ੍ਰਣਾਲੀ ਅਤੇ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀਆਂ ਪੰਜਾਬ ਦੀਆਂ ਅਦਾਲਤਾਂ 'ਤੇ ਵੀ ਕਾਨੂੰਨ ਦੇ ਟੁੱਟ ਭੱਜ ਦੇ ਬੱਦਲ ਮੰਡਰਾਰੇ ਨੇ। ਮਾਮਲੇ ਸੰਗਰੂਰ ਦੀ ਜ਼ਿਲ੍ਹਾ ਅਦਾਲਤ ਆਏ, ਜਿੱਥੇ ਉਸ ਸਮੇਂ ਸਾਰੇ ਪਾਸੇ ਭਗਦੜ ਮੱਚ ਗਈ ਜਦੋਂ ਅਦਾਲਤ 'ਚ ਪੇਸ਼ੀ 'ਤੇ ਆਏ ਚਾਰ ਨੌਜਵਾਨਾਂ 'ਤੇ 35-40 ਦੇ ਕਰੀਬ ਲੋਕਾਂ ਨੇ ਹਵਾਈ ਫਾਇਰ ਕਰ ਦਿੱਤੇ। ਗੋਲੀਆਂ ਦੀ ਆਵਾਜ਼ ਸੁਣਦੇ ਹੀ ਸਾਰੀ ਕੰਪਲੈਕਸ 'ਚ ਹਾਹਾਕਾਰ ਮੱਚ ਗਈ ਤੇ ਲੋਕਾਂ ਨੇ ਡਰ ਦੇ ਮਾਰੇ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੱਤਾ। ਜਦਕਿ ਪੇਸ਼ੀ ਭੁਗਤਣ ਆਏ ਨੌਜਵਾਨਾਂ ਦਾ ਕਹਿਣਾ ਕਿ ਉਹਨਾਂ ਨੇ ਕੰਪਲੈਕਸ 'ਚ ਲੁੱਕ ਕੇ ਆਪਣੀ ਜਾਨ ਬਚਾਈ। ਅਸੀਂ ਚਾਰ ਜਣੇ ਸੀ, ਸਾਡਾ ਚਾਰ ਜਣਿਆਂ ਦਾ ਤਰੀਕ ਪੈਂਦੀ ਉਹਨੇ, ਪੰਜ ਜਣੇ ਆ ਜਿਹੜਾ ਬੰਦਾ ਐਬਸੈਂਟ ਸੀਗਾ, ਉਹ ਹੋਣੇ ਕੋਈ 35-40 ਬੰਦੇ, 50-50 ਦੇ ਕਰੀਬ ਹੋਣੇ। ਰਕੇਸ਼ ਕੁਮਾਰ ਲੱਕੀ ਭਵਾਨੀਗੜ੍ਹ ਦਾ ਜੀ। ਹਾਂ, ਉਹਨਾਂ ਨੇ ਸਾਡੇ 'ਤੇ ਸਿੱਧੇ ਹਵਾਈ ਫਾਇਰ ਕਰੇ ਨੇ ਜੀ, ਸਿੱਧੇ ਮਾਰੇ ਨੇ ਜੀ ਫਾਇਰ, ਅਸੀਂ ਆਪਦੀ ਭੱਜ ਕੇ ਜਾਨ ਬਚਾਈ ਆ ਜੀ। ਉਹਨੇ ਸਾਨੂੰ ਜਦੋਂ ਅਸੀਂ ਜ਼ਮਾਨਤ ਕਰਵਾਈ ਆ ਜੀ, ਉਦੋਂ ਵੀ ਧਮਕੀ ਦਿੱਤੀ ਸੀ, ਕਹਿੰਦਾ ਮੈਂ ਤੁਹਾਨੂੰ ਜਾਣ ਤੋਂ ਮਾਰੂੰਗਾ। ਇੱਕ ਰਕੇਸ਼ ਕੁਮਾਰ ਤੇ ਜੀ, ਲੱਕੀ ਭਵਾਨੀਗੜ੍ਹ ਦਾ ਜੀ, ਇੱਕ ਕੁਲਜੀਤ ਪੰਨਵਾਂ ਜੀ, ਵਰਿੰਦਰ ਪੰਨਵਾਂ ਦਾ ਮੁੰਡਾ ਜੀ, ਇਹ ਪੋਲੀਟੀਕਲ ਸਪੋਰਟ ਆ ਜੀ, ਇਹਨਾਂ ਨੂੰ ਪ੍ਰਧਾਨ ਆ ਜੀ ਇਹ ਕਾਂਗਰਸ ਦਾ ਜੀ, ਉਹਦੇ ਸਿਰ 'ਤੇ ਇਹ ਸਾਡੇ ਨਾਲ ਧੱਕਾ ਕਰਦੇ ਨੇ ਜੀ। ਅਤੇ ਇੱਕ ਦਲਜੀਤ ਸਿੰਘ ਆ ਜੀ ਘਰਾਚੋਂ ਤੋਂ, ਇੱਕ ਕ੍ਰਿਸ਼ਨ ਆ ਜੀ ਫੌਜੀ ਕਹਿੰਦੇ ਨੇ ਜੀ, ਫੌਜੀ ਆ ਜੀ, ਉਹ ਆਰਮੀ 'ਚ ਆ ਜੀ, ਔਨ ਡਿਊਟੀ ਆ ਜੀ, ਅਸਲਾ ਜੀ ਉਹਦੇ ਕੋਲ, ਅਤੇ ਉਹਨੇ ਆਪਦੇ ਅਸਲੇ ਕਰਕੇ ਸਾਡੇ 'ਤੇ ਫਾਇਰ ਕਰੇ ਨੇ, ਅਤੇ ਅਸੀਂ ਭੱਜ ਕੇ ਜਾਣ ਬਚਾਈ ਜੀ, ਅਸੀਂ ਕੋਰਟ 'ਚ ਵੜੇ ਜੀ। ਅਤੇ ਉਹ ਤੋਂ ਬਾਅਦ ਫਿਰ ਵੀ ਧਮਕੀਆਂ ਦੇ ਕੇ ਗਏ ਨੇ ਸਾਨੂੰ, ਕਹਿੰਦੇ ਵੀ ਤੁਸੀਂ ਜੇ ਰੋਡ 'ਤੇ ਆਵੋਗੇ ਇਸ ਰੋਡ 'ਤੇ ਵੀ ਤੁਹਾਡੇ ਨਾਲ ਇਹੀ ਕੁਛ ਬਣੂਗਾ। ਮੇਰਾ ਨਾਮ ਦਵਿੰਦਰ ਸਿੰਘ ਆ ਜੀ। ਨਹੀਂ, ਅਸੀਂ ਸਾਡੇ ਤੋਂ ਗੋਲੀ ਕੋਈ ਨਹੀਂ ਲੱਗੀ, ਅਸੀਂ ਬਚਾ ਰਹਿ ਗਏ ਸਾਡਾ ਜੀ, ਅਤੇ ਕੁਛ ਪਬਲਿਕ ਹੋਣ ਕਰਕੇ ਜੀ ਅਸੀਂ ਲੰਘਿਆ ਜੀ ਉੱਥੋਂ। ਅਤੇ ਹੁਣ ਅਸੀਂ ਦੇਖਦੇ ਹਾਂ, ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜੋ ਬਣਦੀ ਕਾਰਵਾਈ ਆ ਕਰਨ, ਅਤੇ ਸਾਨੂੰ ਇਨਸਾਫ ਚਾਹੀਦਾ ਇਹ ਗੱਲ ਦਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਵਿੱਚ ਦਿੱਤੀ। ਵਾਕਈ ਇਹ ਘਟਨਾ ਅਮਨ ਕਾਨੂੰਨ ਨੂੰ ਲਾਂਭੇ ਕਰ ਆਪ ਹੁਦਰੇ ਅਤੇ ਬੇਖੌਫ ਲੋਕਾਂ ਦੀ ਹਿੰਮਤ ਨੂੰ ਜੱਗ ਜ਼ਾਹਿਰ ਕਰ ਰਹੀ ਹੈ ਅਤੇ ਕਾਨੂੰਨ ਦੀ ਬੇਵਸੀ ਨੂੰ ਇੱਕ ਵਾਰ ਫਿਰ ਤੋਂ ਉਜਾਗਰ ਕਰ ਰਹੀ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।